वादू बोली जाता वाहेगुरु जी का खालसा वाहेगुरु जी की फतेह। परमात्मा अगे अरदास है कि तुसी हमेशा खुश रहो, तंदुरुस्त रहो, चढ़दियां कलां दे विच रहो। सो हुण साडे घर पता की गल हो गई, असी वेले हुण सवेरियां भी रोटी, दोपहर नूं भी रोटी, शाम नूं भी रोटी, दोपहर होने वाली हो चली है। तो सुखबीर कौर लगी साढ़े नाल बना प्रशादा, ये भी वेली नाल दी होवे। अच्छा, वेले वेले कोई नहीं आगे कहते नहीं वेले। हाँ क्यों, रोटी खाओ। सब तो पहला बंदे नूं सत श्री अकाल बनानी चाहिए। चल कोई नहीं जी, मेरे वालों थानू सारे नूं प्यार भरी सत श्री अकाल जी। हाँ थोड़ा आगे आपां काम करो। हाँ वेले वेले कोई नहीं हैगे। क्यों पालक तो नहीं है बीजना थले जाके हाले। दो रेड़िया भर के लिया पड़िया, पहला ले लिया पर रेड़ी पुछनी पैनी है उन्होंने विक्की फोन करके पुछी हरी रंग वाल रेड़ी रूड़ी वाल माड़ा जा कजैन मिल जाए देख लें भाई लिया करे दी अज कम बैठे। मैं उधर नू भी जाना था उधर, चलो हो सकता कैंसल पक्की गल फिर। हाँ। ता पुछनी है रेडी। हाँ, हाँ, लगूंगी पुछ ले पुछ ले भी के रौला नहीं पाना है बहुत बात की तो बहुत पंगा करे खड़े मेरे घर असी ते जी रौले नहीं पाउंदे। हां ओ खड़ी है कहंदे रेडी उठ खड़ी है किथे सत श्री अकाल जी सारे नू ओ खड़ी है सुबेदारा दे बाड़े च खड़ी कहंदे रेडी उठ ठीक 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 ओके 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 चलो चल ठीक है हम रेडी पुछ ली हूँ ਜਾ ਹੁਣ ਸਾਨੂੰ ਕਰਾ ਦੇ ਦੋ ਦੋ ਰੋਟੀਆਂ ਤੇ ਫਿਰ ਅਸੀਂ ਹੁਣ ਜੀ ਥੱਲੇ ਫਿਰ ਕਰ ਲੈਂਦੇ ਕੰਮ ਵਾਲਾ ਮੁੰਡਾ ਜਿਹੜਾ ਰਹਿ ਗਿਆ ਵੀ ਲਾਲਾ ਜੋਰ ਮੜੇ ਗਏ ਕੀ ਫਾਇਦਾ ਤੇਰਾ ਫਿਰ ਲੈ ਨੌ ਕਰਦੀ ਹੈ ਲੈ ਦੱਸ ਹੈ ਜੋਰ ਲਾਲਾ ਮੁੰਡਾ ਦੇਖ ਆਣ ਕੇ ਮੈਂ ਤੈਨੂੰ ਪੇਟ ਤੇ ਚਾਹ ਤੇਰੇ ਦੋ ਪਰਸੇ ਨੂੰ ਆਣ ਚਾਹ ਲੈ ਖੇਤਾਂ ਵਿੱਚ ਕਿਵੇਂ ਰਹਿ ਗਏ ਤੇ ਤੈਨੂੰ ਪਤਾ ਨਹੀਂ ਹੈਗਾ ਇੱਕ ਮਾਲਾ ਹੋਰ ਹੁਣ ਵਿੱਕੀ ਵਿੱਚ ਲਾਲਾ ਹੋ ਹੁੰਦਾ ਹੈ ਇੱਕ ਮਾਲਾ ਮੋੜ ਦੇ ਆਂਗੇ जोर लुआता से हम तह तारना है मैं पता है थोड़ा थोड़ा मैं कमून खिंचदा तो पहले ढूंगी बहुत दूर है थोड़ा 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 वाहेगुरु मैं जब तक रला दूंगा जब तक तुम तारो ये तो मंगल का पहला पिछले जन्म से बिहार से जमी हुई थी ये है ना भैया मंगू काम करती है और फिर आओ तेरी कुड़ी मिली कोई तो बिहार से भी आ रहे हैं तू कुछ पानी पड़ी चल 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 पानी पड़ गया ओम बाबा ਟੌਮੀ ਕਿਆ ਕਰੀਏ ਨਾ ਤੂੰ ਸਿੱਧਾ ਕੰਮ ਨਾ ਕਰੀ ਜ਼ਿੰਦਗੀ 'ਚ ਕੋਈ ਨਵੇਂ ਸੰਦੀਪ ਪਰ ਗਿਆ ਤੂੰ ਲੈ ਐ ਨਾ ਕਹਿ ਵਾਧੂ ਬੋਲੀ ਜਾਂਦਾ ਹੁਣ ਨਾ ਨਾ ਮੈਂ ਦੁਨੀਆਂ ਦੇ ਦੀ ਪੂਰੀ ਐਂ ਕਹਿ ਵੀ ਸੰਦੀਪ ਦੇ ਘਰ ਤੇ ਆਇਆ ਵੀ ਉਹ ਲੱਛਣ ਉਹੀ ਹੈ ਐਂ ਤਾਂ ਕਹਿ ਸਕਦਾ हाँ, पलिया पलिया ना गलती परेखा लग गया
ਸੌਰੀ ਜੀ ਜੇ ਇੱਕ ਰੇਡੀ ਫੋਨ ਪੈ ਜਾਵੇ ਨਾ ਫੋਨ ਪਰ ਸੁਆਗ ਕਰ ਚੱਲੀਏ ਫਿਰ ਚੱਲੀਏ ਫਿਰ ਪੈ ਇੱਕ ਰੇਡੀ ਨਾਲ ਟੁੱਟ ਗਿਆ ਬਸ ਇੱਕ ਰੇਡੀ ਫਿਰ ਮੈਂ ਹੀ ਭਰ ਕੇ ਲਿਆਵਾਂ ਫਿਰ ਲੈ ਆਓ ਫਿਰ ਸਾਡੇ ਫਿਰ ਕੋਲ ਮੈਂ ਜਾ ਕੇ ਆਵਾਂ ਇੱਕ ਵਾਰ ਅਸੀਂ ਪਲਕ ਦੇ ਨਹੀਂ ਬੀਜ ਲਿਆ ਜੀ ਉਹਨੂੰ ਤੋੜ ਕੇ ਅਸੀਂ ਲਿਆ ਖਾ ਹੁਣ ਦੁਬਾਰਾ ਲੱਗਿਆ ਜੀ ਬੀਜੋ ਲੋ ਜੀ ਭਾਅ ਲੱਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਅ ਬੀਜਣ ਲੱਗੇ ਜੀ ਪਾਲਕ ਧਨੀਆ ਥੋੜਾ ਜਿਹਾ ਜੇ ਫੁੱਟ ਗਏ ਤਾਂ ਠੀਕ ਆ ਬਾਕੀ ਦੇਖਦੇ ਹਾਂ ਰਿਸ਼ਤਾਨਾਂ ਨੇ ਪਹਿਲੀ ਮੇਰੇ ਨਾਲ ਬਹੁਤ ਕਰ ਲਿਆ ਬੀਬੀਆਂ ਨੇ ਦੋਹਾਂ ਨੇ ਵੀ ਸਾਨੂੰ ਤਾਂ ਇੱਕ ਬਾਹਟ ਹੋ ਜਾਣੀ ਸੀ ਫਲਾਣਾ ਹੋ ਜਾਣਾ ਧਮਕਾਣਾ ਹੋ ਜਾਣਾ ਤਾਂ ਚਲੋ ਜੇ ਅੱਜ ਨਹੀਂ ਬੀਜੋਇਆ ਤਾਂ ਇਹਦਾ ਮਤਲਬ ਇਹ ਥੋੜ੍ਹਾ ਵੀ ਹੁਣ ਵੀ ਨਹੀਂ ਬੀਜਣਾ ਅਤੇ ਫਿਰ ਅੱਜ ਆਪਾਂ ਨੇ ਸੰਘਰਸ਼ ਕਰਤਾ ਚਾਲੂ ਦੇ ਕੇ ਇੱਥੇ ਛਿੱਟਾ ਪਾਲਕ ਧਨੀਆ ਦੇਵਾਂਗੇ ਬੀਜ ਅਤੇ ਡਰ ਕੇ ਰਹਿਣਾ ਪੈਂਦਾ ਘਰ ਦੇ ਵਿੱਚ ਕਿਆ ਪਤਾ ਘਰ ਦਾ ਉੱਕਾ ਪਾਣੀ ਬੰਦ ਕਰ ਦੇਵੇ ਉਸ ਨਹੀਂ ਪਤਾ ਹੈਗਾ ਹੋਰ ਕਿਆ ਕੋਈ ਨਹੀਂ ਸਮੇਂ ਦਾ ਪਤਾ ਹੁੰਦਾ ਕੰਚ ਆ ਗਿਆ ਤਾਂ ਵਿੱਚ ਵੜ ਗਿਆ ਤਾਂ ਹੱਥ 'ਚ ਧਿਆਨ ਨਾਲ ਧਿਆਨ ਨਾਲ ਨਹੀਂ ਤੂੰ ਆਪਣੇ ਮਨ ਦੇ ਵਿੱਚ ਜ਼ਰੂਰ ਗਾਲਾਂ ਕੱਢ ਰਹੀ ਸੀ ਮੈਨੂੰ ਤਾਂ ਐਂ ਕੰਮ ਹੋਇਆ ਨਹੀਂ ਨਹੀਂ ਸੀ ਹੋਣਾ ਮੈਂ ਇੰਨੀ ਮਾੜੀ ਨਹੀਂ ਕੀ ਗਾਲਾਂ ਕੱਢਣਾ ਮਨ 'ਚ ਤਾਂ ਮੈਂ ਕੱਢਦੀ ਨਹੀਂ ਕੱਢੂੰਗੀ ਤਾਂ ਪਰ ਮੂੰਹ ਤਾਂ ਕੱਢੂੰਗੀ ਉਹਦਾ ਮੈਨੂੰ ਤੇਰੇ ਪਰ ਭਰੋਸਾ ਵੀ ਇੰਨੀ ਕੁ ਤਾਂ ਤੂੰ ਸਿਆਣੀ ਹੈਗੀ ਹੈ ਵੀ ਜਿਹੜੀ ਗੱਲ ਕਹੂੰਗੀ ਤੂੰ ਮੇਰੇ ਮੂੰਹ ਪਰੇ ਕਹੂੰਗੀ ਪਿੱਠ ਪਿੱਛੇ ਤਾਂ ਤੂੰ ਮੇਰੇ ਬਾਪਸ ਕਹਿੰਦੀ ਹੈ ਮੂੰਹ ਪਰ ਜੀ ਜੀ ਕਰੀ ਜਾਂਦੀ ਮੈਨੂੰ ਪਤਾ ਤੇਰਾ ਦੀਦੀ ਤੁਸੀਂ ਕੁਛ ਬੋਲੋ ਦੀਦੀ ਨੇ ਤਾਂ ਮੂੰਹ ਪਰ ਚੇਪੀ ਲਾਈ ਵੀ ਅੱਜ ਅੱਜ ਨੀ ਦੀਦੀ ਨੇ ਬੋਲਣਾ ਕੁਛ ਵੀ ਕਹਿੰਦੀ ਆਪਣੀ ਵੀਡੀਓ ਬਣਾਓ ਨਾ ਬਣਾਓ ਮੈਨੂੰ ਕੋਈ ਟੈਨਸ਼ਨ ਨੀ ਕਹਿੰਦੀ ਮੈਨੂੰ ਗੀਜ਼ਰ ਲਿਆ ਦੋ ਇਹ ਸਾਡੀ ਦੋਹਾਂ ਦੀ ਰਾਏ ਸੀ ਤੁਹਾਡੀ ਦੋਹਾਂ ਦੀ ਰਾਏ ਵੀ ਅਸੀਂ ਅੱਜ ਵੀਡੀਓ ਨੀ ਬਣਾਉਣੀ ਫਿਰ ਇੱਕ ਪਾਸੇ ਨੂੰ ਥੋੜਾ ਜੂੜ ਦੇਣਾ ਥੱਲੇ ਪੈ ਗਏ ਫਲਾਣਾ ਹੋ ਗਿਆ ਟਮਕਾਣਾ ਹੋ ਗਿਆ ਦੱਸ ਜੇ ਕਰ ਲਾ ਕੇ ਤਾਂ ਤਕਲੀਫ ਪੈ ਜਾਓ ਹੁਣ ਮੇਰੇ ਹਿਸਾਬ ਨਾਲ ਤਾਂ ਉਰੇ ਟੌਮੀ ਛਾਲਾ ਮਾਰ ਟੌਮੀ ਛਾਲਾ ਮਾਰ ਟੌਮੀ ਨੇ ਮਾਰਨੀ ਛਾਲਾ ਮਾਰੇ ਦੇਣੀ ਉਹਨੇ ਵੀ ਵੈਸੇ ਕੰਡਾ ਤਾਰ ਲੱਗੇਗੀ ਫੇਰ ਨਹੀਂ ਆਉਂਦਾ ਹੁਣ ਇੱਥੇ ਕੰਡਾ ਤਾਰ ਲਾਵਾਂ ਪਹਿਲਾਂ ਨਾ ਬੀਜਾਂ ਬਾਅਦ ਦੇਣਾ ਚਲ ਕੋਈ ਨਹੀਂ ਪਾਲ ਕੁੰਦਾ ਉਹਨੇ ਕਿੱਥੇ ਨਹੀਂ ਆਉਂਦਾ ਕਿ ਤੁਹਾਡੀਆਂ ਗਾਲਾਂ ਹੀ ਜੰਮਦੀਆਂ ਗਾਲਾਂ ਤਾਂ ਨਹੀਂ ਜੰਮਦੀਆਂ ਹੋ ਜਾਣਾ ਮੈਂ ਤਾਂ ਜੇ ਟੇਡੇ ਜਿਹੇ ਹੱਥ ਨਾਲ ਛਿੱਟਾਂ ਮਾਰਦਾ ਜਦੇ ਹੋ ਜਾਂਦਾ ਤਾਂ ਹੀ ਤਾਂ ਤੈਨੂੰ ਮੈਂ ਬੁਲਾਵਾਂ ਜਿੱਦਾਂ ਵੀ ਆ ਗਿਆ ਮੈਨੂੰ ਪਤਾ ਹੈ ਵੀ ਤੂੰ ਟੇਢੇ ਹੱਥ ਨਾਲ ਜਿਹੜਾ ਛਿੱਟਾ ਮਾਰਦੀ ਹੈ ਨਾ ਜੋ ਛਿੱਟਾ ਕਾਮਯਾਬ ਹੋ ਜਾਂਦਾ ਗੱਲ ਸਹੀ ਆ ਪਾਲਕ ਐਡੀ ਐਡੀ ਹੋ ਜਾਣੀ ਐਡੀ ਐਡੀ ਤੋੜਿਓ ਨਾ ਉਹਨੂੰ ਐਡੀ ਐਡੀ ਵਧਾ ਲਿਓ ਉਹਨੂੰ ਮੈਂ ਕੋਈ ਗੱਲ ਠੀਕ ਹੈ ਵਧਾ ਕੇ ਬੀਜ ਤਿਆਰ ਕਰਨਾ ਗੱਲ ਸਾਲ ਬਾਅਦ ਤੇ ਕਹਿ ਕੇ ਸਬਜ਼ੀ ਚਲੀ ਪਾਉਣਾ ਬੀਜ ਤਿਆਰ ਕਰ ਲਓ ਉਹਦਾ ਸਹੀ ਗੱਲ ਹਾਂ ਟੌਮੀ 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 ਪੁੱਤਾਂ ਦਾ ਦੁੱਧ ਪੀਂਦਾ ਗਾਂਦਾ ਹੜਾਇਆ ਉਹਦਾ ਮੂੰਹ ਤੇ ਲਾਈ ਜਾਂਦਾ
ਕੋਈ ਚਿਸਕਾ ਨੀ ਬਸ ਪਾਲਕ ਪੀ ਬਣਾ ਕੇ ਖਵਾ ਦੇਣਾ ਪਾਲਕ ਪੀ ਬਣਾ ਕਾਹ ਤੇ ਜੰਮਣੀ ਗੱਲ ਜਰਾ ਪਾਲਕ ਬਣਨੀ ਕੱਲ ਬਲੀ ਰੋ ਮੇਰੇ ਤਾਂ ਕਰੇ ਦਾ ਹੀ ਪਾਲ ਮਿਲਦਾ ਹੁੰਦਾ ਹਾਂ ਧਿਆਨ ਨਾ ਉਹ ਸਾਡੀ ਬੜੀ ਠੇਕੇਦਾਰ ਦੀ ਕੰਮ ਢਿੱਲਾ ਚੱਲਦਾ ਉਹ ਸਿੱਖ ਰਹੇ ਆ ਸਿੱਖ ਰਹੇ ਉਹ ਠੇਕਾ ਕਰਨ ਲੱਤਾ ਜੇ ਸਿੱਖ ਰਹੀ ਆ ਤੁਹਾਨੂੰ ਕਦ ਸਾਹ ਚੜਿਆ ਮੈਨੂੰ ਕਦ ਸਾਹ ਚੜਿਆ ਉਹ ਤਾਂ ਸਾਹ ਨਹੀਂ ਚੜਿਆ ਜਮਾ ਤੇ ਹਾਂ बुरा हाल करता बुढ़ी कह के हटी तू बुढ़ी क्यों कह मेरी भाभी ने बुढ़ी कद आ गई पालक पालक भी बीजा तो आ गए मूलिया के बीज ये भी थोड़े जे ला लेंगे तो आह है क्या आइटम है यार चल फलिया आदि एक फली फोटो जी देख आ गई शकरकंदी जी ये भी ला के देखा आइटम शकरकंदी तो बाद आ गई जी गाजर ये भी ला के देखा ये आ गए मेथे चमड़े की जुत्ती थले रगड़ के बीजूंगे बहुत बढ़िया जमदी है सियाने की कहावत है बाकी तो हूं पता नहीं आ गए अपने मेथे ये है जी मेथे पे चलो बीजते हैं हौली हौली लगे हुए करके हटना किसी कंधे कहानी बीज दिता हैगा सारे का सारा कुछ सारिया आइटम बीजतिया है तो तुसी सारी वीडियो में इंजॉय किया होगा सो मिलते हैं किसी अगली वीडियो परमात्मा थानू सारे चढ़ती कला दे विच रखे जी।